ਜ਼ਿਲ੍ਹਾ ਰੂਪਨਗਰ ਚ ਪੈਂਦੇ ਪਿੰਡ ਸਵਾੜਾ ਚ ਸਥਿਤ ਪਿੰਡਰ ਫਾਰਮ ਚ ਦੇਰ ਰਾਤ ਸੁੱਤੇ ਪਏ ਤਿੰਨ ਵਿਅਕਤੀਆਂ ਨੂੰ ਇੱਕ ਪ੍ਰਵਾਸੀ ਮਜ਼ਦੂਰ ਨੇ ਦਾਤਰ ਮਾਰ ਕੇ ਕਤਲ ਕਰ ਦਿੱਤਾ। ਇਹ ਪਿੰਡ ਨੂਰਪੁਰ ਬੇਦੀ ਤੋਂ 12 ਕਿਲੋਮੀਟਰ ਦੂਰ ਕਲਵਾ ਮੋੜ ਨੇੜੇ ਸਥਿਤ ਹੈ। ਦੋਸ਼ੀ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਬਾਰੇ ਹਿਮਾਚਲ ਪ੍ਰਦੇਸ਼ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਲਜੀਤ ਸਿੰਘ ਪਿੰਡਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕੇਸਰ ਸਿੰਘ ਵਾਸੀ ਪਿੰਡ ਭਨੂਰਾ ਨੂਰਪੁਰ ਬੇਦੀ ਅਤੇ ਰਾਮੂ ਅਤੇ ਸ਼ੰਕਰ ਵਾਸੀ ਬਾਗਾ ਵਿਹਾਰ ਵਜੋਂ ਹੋਈ ਹੈ। ਫਰਾਰ ਦੋਸ਼ੀ ਦੀ ਪਛਾਣ ਪ੍ਰਵਾਸੀ ਮਜ਼ਦੂਰ ਸੁਖਦੇਵ ਸਿੰਘ ਵਾਸੀ ਬਾਗਾ ਵਿਹਾਰ ਵਜੋਂ ਦੱਸੀ ਜਾ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭੇਜ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਪਿੰਡਰ ਮੁਤਾਬਕ ਜਦੋਂ ਉਹਨਾਂ ਆਪਣੇ ਫਾਰਮ 'ਤੇ ਰਹਿੰਦੇ ਮਜ਼ਦੂਰਾਂ ਨੂੰ ਰਾਤ ਨੂੰ ਫੋਨ ਕੀਤਾ ਤਾਂ ਉੱਥੇ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ। ਉਹਨਾਂ ਆਪਣੇ ਸਟੋਨ ਕ੍ਰਸ਼ਰ ਅਤੇ ਮੁਨਸ਼ੀ ਨੂੰ ਫੋਨ ਕਰਕੇ ਦੱਸਿਆ ਕਿ ਫਾਰਮ 'ਤੇ ਕੋਈ ਫੋਨ ਨਹੀਂ ਚੁੱਕ ਰਿਹਾ। ਜਦੋਂ ਮੁਨਸ਼ੀ ਨੇ ਫਾਰਮ 'ਤੇ ਜਾ ਕੇ ਦੇਖਿਆ ਤਾਂ ਉੱਥੇ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਖੂਨ ਨਾਲ ਲਥਪਥ ਸਨ। ਪਿੰਡਰ ਨੇ ਕਿਹਾ ਕਿ ਉਹ ਸੂਚਨਾ ਮਿਲਦੇ ਹੀ ਫਾਰਮ 'ਤੇ ਪਹੁੰਚ ਗਏ ਅਤੇ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ। ਉਹਨਾਂ ਕਿਹਾ ਕਿ ਕਤਲ ਕਰਨ ਵਾਲਾ ਪ੍ਰਵਾਸੀ ਮਜ਼ਦੂਰ ਸੁਖਦੇਵ 10 ਸਾਲ ਤੋਂ ਉਹਨਾਂ ਕੋਲ ਹੀ ਕੰਮ ਕਰ ਰਿਹਾ ਸੀ ਅਤੇ 24 ਜੂਨ ਨੂੰ ਉਸਨੇ 2500 ਰੁਪਏ ਲਏ ਸਨ। ਘਟਨਾ ਤੋਂ ਤੁਰੰਤ ਬਾਅਦ SSP ਸਵਪਨ ਸ਼ਰਮਾ ਨੇ ਉਕਤ ਫਾਰਮ ਹਾਊਸ ਦਾ ਦੌਰਾ ਕੀਤਾ। ਪੁਲਿਸ ਨੇ ਮੌਕੇ ਤੋਂ ਦਾਤ ਵੀ ਬਰਾਮਦ ਕੀਤੀ ਜੋ ਇੱਕ ਪਾਈਪ ਵਿੱਚ ਲੁਕੋ ਕੇ ਰੱਖੀ ਹੋਈ ਸੀ। ਪੁਲਿਸ ਨੇ ਪ੍ਰਵਾਸੀ ਮਜ਼ਦੂਰ ਸੁਖਦੇਵ ਵਿਰੁੱਧ ਕਤਲ ਦਾ ਕੇਸ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਬਿਊਰੋ ਰਿਪੋਰਟ, ਆਵਾਜ਼ ਕੌਮ TV। ਜ਼ਿਲ੍ਹਾ ਰੂਪਨਗਰ ਚ ਪੈਂਦੇ ਪਿੰਡ ਸਵਾੜਾ ਚ ਸਥਿਤ ਪਿੰਡਰ ਫਾਰਮ ਚ ਦੇਰ ਰਾਤ ਸੁੱਤੇ ਪਏ ਤਿੰਨ ਵਿਅਕਤੀਆਂ ਨੂੰ ਇੱਕ ਪ੍ਰਵਾਸੀ ਮਜ਼ਦੂਰ ਨੇ ਦਾਤਰ ਮਾਰ ਕੇ ਕਤਲ ਕਰ ਦਿੱਤਾ। ਇਹ ਪਿੰਡ ਨੂਰਪੁਰ ਬੇਦੀ ਤੋਂ 12 ਕਿਲੋਮੀਟਰ ਦੂਰ ਕਲਵਾ ਮੋੜ ਨੇੜੇ ਸਥਿਤ ਹੈ। ਦੋਸ਼ੀ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਬਾਰੇ ਹਿਮਾਚਲ ਪ੍ਰਦੇਸ਼ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਲਜੀਤ ਸਿੰਘ ਪਿੰਡਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕੇਸਰ ਸਿੰਘ ਵਾਸੀ ਪਿੰਡ ਭਨੂਰਾ ਨੂਰਪੁਰ ਬੇਦੀ ਅਤੇ ਰਾਮੂ ਅਤੇ ਸ਼ੰਕਰ ਵਾਸੀ ਬਾਗਾ ਵਿਹਾਰ ਵਜੋਂ ਹੋਈ ਹੈ। ਫਰਾਰ ਦੋਸ਼ੀ ਦੀ ਪਛਾਣ ਪ੍ਰਵਾਸੀ ਮਜ਼ਦੂਰ ਸੁਖਦੇਵ ਸਿੰਘ ਵਾਸੀ ਬਾਗਾ ਵਿਹਾਰ ਵਜੋਂ ਦੱਸੀ ਜਾ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭੇਜ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਪਿੰਡਰ ਮੁਤਾਬਕ ਜਦੋਂ ਉਹਨਾਂ ਆਪਣੇ ਫਾਰਮ 'ਤੇ ਰਹਿੰਦੇ ਮਜ਼ਦੂਰਾਂ ਨੂੰ ਰਾਤ ਨੂੰ ਫੋਨ ਕੀਤਾ ਤਾਂ ਉੱਥੇ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ। ਉਹਨਾਂ ਆਪਣੇ ਸਟੋਨ ਕ੍ਰਸ਼ਰ ਅਤੇ ਮੁਨਸ਼ੀ ਨੂੰ ਫੋਨ ਕਰਕੇ ਦੱਸਿਆ ਕਿ ਫਾਰਮ 'ਤੇ ਕੋਈ ਫੋਨ ਨਹੀਂ ਚੁੱਕ ਰਿਹਾ। ਜਦੋਂ ਮੁਨਸ਼ੀ ਨੇ ਫਾਰਮ 'ਤੇ ਜਾ ਕੇ ਦੇਖਿਆ ਤਾਂ ਉੱਥੇ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਖੂਨ ਨਾਲ ਲਥਪਥ ਸਨ। ਪਿੰਡਰ ਨੇ ਕਿਹਾ ਕਿ ਉਹ ਸੂਚਨਾ ਮਿਲਦੇ ਹੀ ਫਾਰਮ 'ਤੇ ਪਹੁੰਚ ਗਏ ਅਤੇ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ। ਉਹਨਾਂ ਕਿਹਾ ਕਿ ਕਤਲ ਕਰਨ ਵਾਲਾ ਪ੍ਰਵਾਸੀ ਮਜ਼ਦੂਰ ਸੁਖਦੇਵ 10 ਸਾਲ ਤੋਂ ਉਹਨਾਂ ਕੋਲ ਹੀ ਕੰਮ ਕਰ ਰਿਹਾ ਸੀ ਅਤੇ 24 ਜੂਨ ਨੂੰ ਉਸਨੇ 2500 ਰੁਪਏ ਲਏ ਸਨ। ਘਟਨਾ ਤੋਂ ਤੁਰੰਤ ਬਾਅਦ SSP ਸਵਪਨ ਸ਼ਰਮਾ ਨੇ ਉਕਤ ਫਾਰਮ ਹਾਊਸ ਦਾ ਦੌਰਾ ਕੀਤਾ। ਪੁਲਿਸ ਨੇ ਮੌਕੇ ਤੋਂ ਦਾਤ ਵੀ ਬਰਾਮਦ ਕੀਤੀ ਜੋ ਇੱਕ ਪਾਈਪ ਵਿੱਚ ਲੁਕੋ ਕੇ ਰੱਖੀ ਹੋਈ ਸੀ। ਪੁਲਿਸ ਨੇ ਪ੍ਰਵਾਸੀ ਮਜ਼ਦੂਰ ਸੁਖਦੇਵ ਵਿਰੁੱਧ ਕਤਲ ਦਾ ਕੇਸ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਬਿਊਰੋ ਰਿਪੋਰਟ, ਆਵਾਜ਼ ਕੌਮ TV।